ਅਮਰੀਕਾ ਦੇ ਵਿੱਚ ਇਸ ਪੰਜਾਬੀ ਮੁੰਡੇ ਨੇ ਕੀਤਾ ਅਜਿਹਾ ਕੰਮ ਜਿਸ ਨੂੰ ਵੇਖ ਕੇ ਸਭ ਲੋਕ ਹੋ ਗਏ ਹੈਰਾਨ ਤੁਸੀਂ ਵੀ ਇਸ ਵੀਡੀਓ ਨੂੰ ਅੰਤ ਤੱਕ ਵੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਸਸ਼ਕਲ ਤੁਹਾਡੇ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਗੱਲ ਦੀ ਸ਼ੁਰੂਆਤ ਕਰਦੇ ਹਾਂ ਕਿ ਅਰਦਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਜੇਕਰ ਅਸੀਂ ਸੱਚੇ ਦਿਲੋਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਗੁਰੂ ਸਾਹਿਬ ਸਾਡੀ ਮਦਦ ਕਰਨ ਦੇ ਲਈ ਖੁਦ ਪਹੁੰਚਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਜਿੱਥੇ ਆਪਣੇ ਸਿੱਖਾਂ ਨੂੰ ਹਥਿਆਰ ਬਖਸ਼ੇ ਨੇ ਪਰ ਕਈ ਵਾਰ ਸਮਾਂ ਅਜਿਹਾ ਵੀ ਆ ਜਾਂਦਾ ਹੈ ਜਦ ਹਥਿਆਰ ਕੰਮ ਨਹੀਂ ਆਉਂਦੇ ਯਾਨੀ ਕਿ ਜਦ ਹਥਿਆਰ ਅਸੀਂ ਨਹੀਂ ਵਰਤ ਸਕਦੇ ਪਰ ਉਸ ਵੇਲੇ ਸਾਡੇ ਕੋਲ ਫਿਰ ਵੀ ਇੱਕ ਹਥਿਆਰ ਬਚਦਾ ਹੈ ਜਿਸ ਹਥਿਆਰ ਨੂੰ ਨਾਮ ਦਿੱਤਾ ਗਿਆ ਹੈ ਅਰਦਾਸ ਦਾ ਜੇਕਰ ਅਸੀਂ ਬੁਰੇ ਵਕਤ ਦੇ ਵਿੱਚ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਸਰੂ ਸਾਬ ਸਾਡੀ ਮਦਦ ਕਰਨ ਦੇ ਲਈ ਖੁਦ ਪਹੁੰਚਦੇ ਨੇ ਅੱਜ ਤੁਹਾਨੂੰ ਅਜਿਹੀ ਇੱਕ ਗੱਲ ਦੱਸਣ ਜਾ ਰਹੇ ਹਾਂ ਜੋ ਕਿ ਸੋਢੀ ਹਰਪ੍ਰਜਨ ਸਿੰਘ ਜੀ ਦੇ ਵੱਲੋਂ ਦੱਸੀ ਗਈ ਹੈ ਕਿਹਾ ਜਾਂਦਾ ਹੈ ਕਿ ਸੋਢੀ ਹਰਪ੍ਰਜਨ ਸਿੰਘ ਜੀ ਦੇ ਲੜਕੇ ਦੇ ਨਾਲ ਇੱਕ ਘਟਨਾ ਵਾਪਰੀ ਸੀ ਸੋਦੀ ਹਰਪਜਨ ਸਿੰਘ ਜੀ ਦੇ ਤਿੰਨ ਲੜਕੇ ਨੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਗਵਲਾ ਲੜਕਾ ਹੈ ਉਸਦਾ ਨਾਮ ਜਸਤੇਜ ਸਿੰਘ ਹੈ ਜੋ ਕਿ ਇੱਕ ਸਮੁੰਦਰੀ ਜਹਾਜ਼ ਦੇ ਵਿੱਚ ਇਲੈਕਟ੍ਰੀਕਲ ਇੰਜੀਨੀਅਰ ਹੈ ਇੱਕ ਵਾਰ ਦੀ ਗੱਲ ਹੈ ਜਦ ਜਸਤੇਜ ਸਿੰਘ ਦੇ ਵੱਲੋਂ ਸਮੁੰਦਰੀ ਜਹਾਜ਼ ਦੇ ਵਿੱਚ ਅਮਰੀਕਾ ਜਾਇਆ ਜਾਣਾ ਸੀ ਤੇ ਉਹਨਾਂ ਦਾ ਜਹਾਜ਼ ਜਦ ਆਪਣੇ ਸਫ਼ਰ ਤੇ ਨਿਕਲ ਗਿਆ ਪਰ ਰਸਤੇ ਦੇ ਵਿੱਚ ਕੁਝ ਅਜੀਹਾ ਹੋਇਆ ਕਿ ਅਚਾਨਕ ਬਹੁਤ ਤੇਜ਼ ਤੂਫਾਨ ਆ ਗਿਆ ਜਿਹੜਾ ਸਮੁੰਦਰ ਦੇ ਵਿੱਚ ਪਾਣੀ ਸੀ ਉਹਦੀ ਬਹਾਵ ਕਾਫੀ ਜ਼ਿਆਦਾ ਤੇਜ਼ ਹੋਣ ਲੱਗ ਗਿਆ ਜਿਸ ਕਾਰਨ ਜਹਾਜ਼ ਦੇ ਵਿੱਚ ਬੈਠੇ ਲੋਕ ਬੇहद ਪਰੇਸ਼ਾਨ ਹੋਣ ਲੱਗੇ ਪਰ ਆਪਾਂ ਗੱਲ ਕਰਦੇ ਹਾਂ ਕਿ ਜਿਸ ਜਹਾਜ਼ ਦੇ ਵਿੱਚ ਇਹ ਸਭ ਲੋਕ ਬੈਠੇ ਸੀ ਕਿਹਾ ਜਾਂਦਾ ਹੈ ਕਿ ਦੁਨੀਆ ਦੇ ਸਭ ਤੋਂ ਭਾਰੇ ਜਹਾਜ਼ਾਂ ਦੇ ਵਿੱਚੋਂ ਉਹ ਇੱਕ ਸੀ ਜਿਸ ਦਾ ਕਿ ਇਕੱਲਾ ਵਜ਼ਨ 4.5 ਲੱਖ ਟਨ ਦੱਸਿਆ ਜਾਂਦਾ ਹੈ ਸਭ ਤੋਂ ਮਹਿੰਗਾ ਸਭ ਤੋਂ ਵੱਡਾ ਸਭ ਤੋਂ ਭਾਰੀ ਜਹਾਜ਼ ਇਹ ਦੱਸਿਆ ਜਾ ਰਿਹਾ ਸੀ ਫਿਰ ਉਸ ਤੋਂ ਬਾਅਦ ਜਦ ਤੂਫਾਨ ਜ਼ਿਆਦਾ ਤੇਜ਼ ਆਉਣ ਲੱਗਿਆ ਤੇ ਕੈਪਟਨ ਨੇ ਸੋਚਿਆ ਕਿ ਹੁਣ ਉਹ ਖੁਦ ਸਟੀering ਸੰਭਾਲੇਗਾ ਤੇ ਉਸਨੇ ਸਭ ਲੋਕਾਂ ਨੂੰ ਇਹ ਹੁਕਮ ਦੇ ਦਿੱਤਾ ਕਿ ਉਹ ਸਾਰੇ ਲੋਕ ਆਪਣੀ ਸੇਫਟੀ ਦੇ ਲਈ ਜਲਦ ਤੋਂ ਜਲਦ ਸਮੁੰਦਰ ਦੇ ਵਿੱਚ ਛਲਾਂਗ ਲਗਾ ਦੇਣ ਕਿਉਂਕਿ ਇਹ ਇੱਕ ਨਿਯਮ ਹੁੰਦਾ ਹੈ ਕਿ ਜਦ ਜਹਾਜ਼ ਡੁੱਬਣ ਦੀ ਕगार ਤੇ ਪਹੁੰਚ ਜਾਂਦਾ ਹੈ ਤੇ ਕੈਪਟਨ ਵੀ ਜਹਾਜ਼ ਦੇ ਨਾਲ ਹੀ ਡੁੱਬਦਾ ਹੈ ਸਭ ਲੋਕ ਉਸ ਵੇਲੇ ਰੱਬ ਦਾ ਨਾਮ ਲੈਣ ਲੱਗੇ ਸਭ ਲੋਕ ਆਪਣੇ ਆਪਣੇ ਰੱਬ ਦੇ ਅੱਗੇ ਅਰਦਾਸਾਂ ਕਰਨ ਲੱਗ ਗਏ ਕਿ ਕੁਝ ਅਜਿਹਾ ਚਮਤਕਾਰ ਹੋ ਜਾਵੇ ਕਿ ਸਭ ਲੋਕਾਂ ਦੀ ਜਾਨ ਬਚ ਜਾਵੇ ਅਰ ਲਗਾਤਾਰ ਤੂਫਾਨ ਵੱਧ ਹੀ ਰਿਹਾ ਸੀ ਜਿਸ ਕਾਰਨ ਲੋਕ ਬੇहद ਪਰੇਸ਼ਾਨ ਸੀ ਕੈਪਟਨ ਦੇ ਵੱਲੋਂ ਸਟੀering ਸੰਭਾਲ ਲਿਆ ਗਿਆ ਤੇ ਉਸਨੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿੰਨਾ ਹੋ ਸਕਦਾ ਹੈ ਇਸ ਵੇਲੇ ਰੱਬ ਦਾ ਨਾਮ ਲਿਆ ਜਾਵੇ ਕਿਉਂਕਿ ਜਿਹੜਾ ਜਹਾਜ਼ ਹੈ ਉਹ ਲਗਾਤਾਰ ਬਰਮੁਡਾ ਟ੍ਰਾਈਐਂਗਲ ਵੱਲ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਅੱਜ ਤੱਕ ਬਰਮੁਡਾ ਟ੍ਰਾਈਐਂਗਲ ਦੇ ਵਿੱਚ ਕੋਈ ਵੀ ਜਹਾਜ਼ ਗਿਆ ਹੋਵੇ ਚਾਹੇ ਸਮੁੰਦਰੀ ਜਹਾਜ਼ ਹੋਵੇ ਹਵਾਈ ਜਹਾਜ਼ ਹੋਵੇ ਉੱਥੇ ਜਾ ਕੇ ਉਸ ਤੂਫਾਨ ਦੇ ਵਿੱਚ ਤਬਾਹ ਜ਼ਰੂਰ ਹੋ ਜਾਂਦਾ ਹੈ ਬਰਮੁਡਾ ਟ੍ਰਾਈਐਂਗਲ ਦੇ ਵਿੱਚ ਜਾ ਕੇ ਕੋਈ ਵੀ ਇਸ ਤੂਫਾਨ ਤੋਂ ਨਹੀਂ ਬਚ ਸਕਿਆ ਜਿਸ ਤੋਂ ਬਾਅਦ ਲੋਕ ਔਰ ਜ਼ਿਆਦਾ ਡਰਨ ਲੱਗੇ ਤੇ ਉਹਨਾਂ ਨੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਪਰ ਕਿਸੇ ਵੀ ਤਰ੍ਹਾਂ ਦਾ ਕੁਝ ਨਾ ਹੋਇਆ ਤੂਫਾਨ ਬਿਲਕੁਲ ਵੀ ਥੰਮਣ ਦਾ ਨਾਮ ਨਹੀਂ ਸੀ ਲੈ ਰਿਹਾ ਸਭ ਲੋਗ ਅਰਦਾਸਾ ਕਰਨ ਉਸ ਤੋਂ ਬਾਅਦ ਅਚਾਨਕ ਕੈਪਟਨ ਦੀ ਨਜ਼ਰ ਜਿਹੜੀ ਹੈ ਉਹ ਜਸਤੇਜ ਸਿੰਘ ਦੇ ਉੱਤੇ ਪਈ ਉਸਪੁਰ ਜਹਾਜ਼ ਦੇ ਵਿੱਚ ਇਹ 21 ਸਿੱਖ ਨੌਜਵਾਨ ਸੀ ਤੇ ਕੈਪਟਨ ਨੇ ਇਸ ਸਿੱਖ ਨੌਜਵਾਨ ਨੂੰ ਕਿਹਾ ਕਿ ਤੂੰ ਵੀ ਆਪਣੇ ਰੱਬ ਅੱਗੇ ਅਰਦਾਸ ਕਰ ਆਪਣੇ ਗੁਰੂ ਸਾਹਿਬ ਅੱਗੇ ਅਰਦਾਸ ਕਰ ਕੀ ਪਤਾ ਤੇਰੇ ਗੁਰੂ ਸਾਹਿਬ ਹੀ ਸਾਡੀ ਅਰਦਾਸ ਸੁਣ ਲੈਣ ਤੇ ਸਾਡੀ ਮਦਦ ਕਰਨ ਦੇ ਲਈ ਪਹੁੰਚ ਜਾਣ ਉਸ ਤੋਂ ਬਾਅਦ ਪਹਿਲਾਂ ਤਾਂ ਜਸਤੇਜ ਸਿੰਘ ਨੇ ਪੰਚ ਸਨਾਨਾ ਕੀਤਾ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਨ ਲੱਗਾ ਜਿਵੇਂ ਹੀ ਉਸ ਨੇ ਅਰਦਾਸ ਸ਼ੁਰੂ ਕੀਤੀ ਕੁਝ ਹੀ ਸਮੇਂ ਦੇ ਵਿੱਚ ਘਰ ਤੂਫਾਨ ਥਮ ਗਿਆ ਸਮੁੰਦਰੀ ਜਹਾਜ਼ 'ਤੇ ਬੈਠੇ ਸਭ ਲੋਕ ਪਹਿਲਾਂ ਤਾਂ ਹੈਰਾਨ ਹੋ ਗਏ ਪਰ ਜਿਵੇਂ ਉਹਨਾਂ ਲੋਕਾਂ ਨੇ ਵੇਖਿਆ ਕਿ ਸਮੁੰਦਰ ਦਾ ਪਾਣੀ ਜਿਸ ਬਹਾਵ ਦੇ ਨਾਲ ਤੇਜ਼ੀ ਨਾਲ ਬਾਹਰ ਆ ਰਿਹਾ ਸੀ ਕਿਸ ਤਰੀਕੇ ਇੱਕਦਮ ਇਹ ਪਾਣੀ ਦਾ ਬਹਾਵ ਸ਼ਾਂਤ ਹੁੰਦਾ ਹੋਇਆ ਨਜ਼ਰ ਆਇਆ ਤੂਫਾਨ ਵੀ थमਦਾ ਹੋਇਆ ਦਿਖ ਰਿਹਾ ਸੀ ਹਵਾਵਾਂ ਵੀ ਘਟ ਗਈਆਂ ਤੇ ਲੋਕ ਬੇहद ਖੁਸ਼ ਹੋਏ ਤੇ ਇਹ ਨੌਜਵਾਨ ਨੇ ਇਹ ਗੱਲ ਜਦ ਆਪਣੇ ਪਿਤਾ ਨੂੰ ਦੱਸੀ ਤੇ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਜਿਹੜੀ ਗੱਲ ਆ ਲੋਕਾਂ ਦੇ ਨਾਲ ਸਾਂਝੀ ਜ਼ਰੂਰ ਕੀਤੀ ਗਈ ਹੈ ਤੇ ਜੇਕਰ ਤੁਹਾਨੂੰ ਵੀ ਯਕੀਨ ਹੈ ਤੁਹਾਨੂੰ ਭਰੋਸਾ ਹੈ ਕਿ ਗੁਰੂ ਸਾਹਿਬ ਖੁਦ ਤੁਹਾਡੀ ਮਦਦ ਕਰਨ ਦੇ ਲਈ ਪਹੁੰਚਦੇ ਨੇ ਤੇ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਵੀ ਜ਼ਰੂਰ ਕਰਿਓ